ਤੁਸੀਂ ਵੇਖ ਰਹੇ ਹੋ ਜਸ ਪੰਜਾਬੀ ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਵਾਲੀਆ ਇਸ ਟਾਈਮ ਫਰਾਈਡੇ ਜਿਹੜਾ ਹੈਗਾ ਜੀ ਉਹ ਆ ਚੁੱਕਿਆ ਔਰ ਫਰਾਈਡੇ 6:30 ਪੀਐਮ ਤੁਹਾਡਾ ਸਭ ਤੋਂ ਫੇਵਰਿਟ ਸ਼ੋਅ ਵੈਨ ਇਟ ਕਮਸ ਟੂ ਰੀਅਲ ਏਸਟੇਟ ਐਡਵਾਈਸ ਵਿਦ ਟੀਮ ਰਾਜ ਜੱਗੀ ਆ ਚੁੱਕਿਆ ਜੀ ਮੇਰੇ ਨਾਲ ਰਾਜ ਜੱਗੀ ਜੀ ਮੌਜੂਦ ਨੇ ਰਾਹੁਲ ਮੌਜੂਦ ਨੇ ਔਰ ਜਿਹੜੇ ਨਿਊਲੀ ਬਿਲਡ ਕੰਸਟਰਕਸ਼ਨ ਚੱਲ ਰਹੇ ਨੇ ਲੌਂਗ ਆਈਲੈਂਡ ਵਿਖੇ ਅੱਜ ਉਹਨਾਂ ਦੇ ਬਾਰੇ ਤੁਹਾਨੂੰ ਦੱਸਾਂਗੇ ਜੋ ਤੁਸੀਂ ਹਮੇਸ਼ਾ ਸੋਚਦੇ ਹੋ ਕਸਟਮਾਈਜ਼ ਹੋਮ ਸਾਨੂੰ ਚਾਹੀਦਾ ਕਿ ਅਸੀਂ ਆਪ ਘਰ ਬਣਾਈਏ ਔਰ ਆਪ ਉਸ ਘਰ ਦੇ ਵਿੱਚ ਰਹੀਏ ਅਤੇ ਉਹ ਫੈਸਿਲਿਟੀ ਵੀ ਅਵੇਲੇਬਲ ਹੈ ਹੁਣ ਟੀਮ ਰਾਜ ਜੱਗੀ ਦੇ ਕੋਲ ਠੀਕ ਮੇਰੇ ਪਿੱਛੇ ਤੁਸੀਂ ਵੇਖ ਰਹੇ ਹੋ ਇਹ ਨਿਊਲੀ ਕੰਸਟਰਕਟ ਜਿਹੜਾ ਹੈਗਾ ਲਗਜ਼ਰੀ ਘਰ ਤੁਹਾਡੇ ਲਈ ਮੌਜੂਦ ਹੈਗਾ ਜੀ ਹਿਕਸਵਿਲ ਦੇ ਵਿੱਚ ਔਰ ਜੇਕਰ ਤੁਸੀਂ ਅਜੇ ਤੱਕ ਆਪਣਾ ਮਨ ਨਹੀਂ ਬਣਾਇਆ ਔਰ ਆਪਣਾ ਮਨ ਤੁਸੀਂ ਬਣਾ ਕੇ ਆਉਣਾ ਚਾਹੁੰਦੇ ਹੋ ਲੌਂਗ ਆਈਲੈਂਡ ਦੇ ਕਿਸੇ ਵੀ ਏਰੀਆ ਦੇ ਵਿੱਚ ਯੂ ਵਾਂਟ ਮਾਈਗ੍ਰੇਟ ਟੂ ਜੈਰੀਕੋ ਵੀ ਆਰ ਰਾਈਟ ਨਾਓ ਇਨ ਜੈਰੀਕੋ ਯੂ ਵਾਂਟ ਕਮ ਟੂ ਹਿਕਸਵਿਲ ਦੇ ਕੈਨ ਬਾਈ ਯੂ ਅ ਹੋਮ ਇਨ ਹਿਕਸਵਿਲ ਇਫ ਯੂ ਲੁਕਿੰਗ ਇਨ ਪਲੇਨ ਵਿਊ ਬੈਥਪੇਜ ਮਿਨੀਓਲਾ ਵੈਸਟਬੇਰੀ ਐਨੀਵੇਅਰ ਇਨ ਲੌਂਗ ਆਈਲੈਂਡ ਦੇ ਵਿਲ ਬਾਈ ਯੂਰ ਹੋਮ ਦਿਸ ਗਾਏ 100% ਹੋਮ ਸੋਲਡ ਗਰੰਟਿਡ ਅਦਰਵਾਈਜ਼ ਹੀ ਵਿਲ ਬਾਈ ਇਟ He will buy it and he is buying it right now. ਤੇ ਸਵਾਗਤ ਕਰਦੇ ਹਾਂ ਜੀ ਇਸ ਪ੍ਰੋਗਰਾਮ ਦੇ ਤਹਿਤ ਰਾਜ ਜੱਗੀ ਐਂਡ ਰਾਹੁਲ ਜੱਗੀ ਸੋ ਪਹਿਲਾਂ ਤਾਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਕਿ ਮੈਨੂੰ ਬੜੇ ਬੰਦੇ ਕਾਲ ਕਰਦੇ ਨੇ ਕਿ ਤੁਹਾਡਾ ਪ੍ਰੋਗਰਾਮ ਦੇਖਦੇ ਦੋ ਵੀਕ ਦੇ ਵਿੱਚ ਇਹਨਾਂ ਦੀ ਪ੍ਰੋਬਲਮ ਸੀ ਸਾਡੀ ਕੋਈ ਪ੍ਰੋਬਲਮ ਨਹੀਂ ਸੀ ਅਸੀਂ ਆ ਸਕਦੇ ਸੀ ਬਟ ਅਸੀਂ ਤੁਹਾਡੇ ਕੋਲ ਹੈਗੇ ਹਾਂ ਅਤੇ ਤੁਹਾਨੂੰ ਐਜ਼ ਆਈ ਪ੍ਰੋਮਿਸ ਕਿ ਤੁਹਾਨੂੰ ਹਰ ਵਾਰੀ ਨਵੀਆਂ ਨਵੀਆਂ ਚੀਜ਼ਾਂ ਦਿਖਾਉਂਦੇ ਹਾਂ ਅੱਜ ਤੁਹਾਨੂੰ ਅਸੀਂ ਮੈਂਸ਼ਨ ਦਿਖਾ ਰਹੇ ਹਾਂ ਇਹਦੇ ਵਿੱਚ ਜੈਰੀਕੋ ਦੇ ਵਿੱਚ ਇਹ ਬਿਊਟੀਫੁਲ ਫਰੋਮ ਦਾ ਸਕਰੈਚ ਬਿਲਡ ਮੈਂਸ਼ਨ ਹੈਗਾ ਰਾਹੁਲ ਤੁਸੀਂ ਦੱਸੋ ਇਹਦੇ ਬਾਰੇ ਬਿਲਕੁਲ ਰਾਹੁਲ ਮੈਂ ਚਾਹਾਂਗਾ ਕਿ ਜ਼ਰੂਰ ਸਾਡੇ ਦਰਸ਼ਕਾਂ ਨੂੰ ਦੱਸੋ ਇਸ ਮੈਂਸ਼ਨ ਬਾਰੇ ਦਿਸ ਬਿਊਟੀਫੁਲ ਮੈਂਸ਼ਨ ਔਰ ਇਸ ਮੈਂਸ਼ਨ ਦੀ ਕੀ ਖਾਸੀਅਤ ਹੈਗੀ ਹੈ ਪਲੀਜ਼ ਇਸ ਮੈਂਸ਼ਨ ਦੀ ਖਾਸੀਅਤ ਇਹ ਹੈ ਕਿ ਦਿਸ ਇਜ਼ ਅ ਵੈਰੀ ਯੂਨੀਕ ਹਾਊਸ ਇਸ ਏਰੀਆ ਦੇ ਵਿੱਚ ਦਿਸ ਇਜ਼ ਵਨ ਆਫ ਦ ਬਿਗੈਸਟ ਹੋਮਸ 3650 ਸਕੁਆਇਰ ਫੀਟ ਬਣਿਆ ਹੈ ਜੈਰੀਕੋ ਸਕੂਲ ਡਿਸਟ੍ਰਿਕਟ ਜਿਹੜਾ ਲੌਂਗ ਆਈਲੈਂਡ ਦੇ ਵਿੱਚ ਸਭ ਤੋਂ ਬੈਸਟ ਸਕੂਲ ਡਿਸਟ੍ਰਿਕਟ ਮੰਨਿਆ ਜਾਂਦਾ ਹੈ ਉਸ ਏਰੀਆ ਦੇ ਵਿੱਚ ਵੀ ਹੈਵ ਦਿਸ ਬਿਊਟੀਫੁਲ ਮੈਂਸ਼ਨ 6 ਬੈਡਰੂਮਸ 5 ਫੁੱਲ ਬੈਥ ਵਿਦ ਅ ਫੁੱਲ ਫਿਨਿਸ਼ ਬੇਸਮੈਂਟ 10 ਫੁੱਟ ਸੀਲਿੰਗ ਔਨ ਦ ਮੇਨ ਲੈਵਲ 9 ਫੁੱਟ ਅਪਸਟੇਅਰਸ 10 ਇਨ ਦ ਬੇਸਮੈਂਟ ਦੇਰ ਇਜ਼ ਨੋ ਅਦਰ ਹਾਊਸ ਲਾਈਕ ਦਿਸ ਇਹ ਘਰ ਅਸੀਂ ਦੋ ਤਿੰਨ ਜਗ੍ਹਾ ਤੇ ਹੋਰ ਵੀ ਬਣਵਾਇਆ ਲਾਈਕ ਤੁਸੀਂ ਕਹਿ ਰਹੇ ਸੀਗੇ ਕਿ ਅਸੀਂ ਜਿਹੜੀ ਕੰਸਟਰਕਸ਼ਨ ਟੀਮ ਸ਼ੁਰੂ ਕੀਤੀ ਹੈ ਤੇ ਕਸਟਮ ਬਿਲਟ ਹਾਊਸਿਸ ਸੋ ਜੇ ਕੋਈ ਵੀਡੀਓ ਦੇਖ ਰਿਹਾ ਤੇ ਤੁਸੀਂ ਆਪਣੇ ਕਿਸੇ ਪੁਰਾਣੇ ਘਰ ਦੇ ਵਿੱਚ ਰਹਿਣਾ ਨਹੀਂ ਚਾਹੁੰਦੇ ਜਾਂ ਯੂ ਵਾਂਟ ਟੂ ਬਿਲਡ ਯੋਰ ਓਨ ਡਰੀਮ ਹੋਮ ਅਕੋਰਡਿੰਗ ਟੂ ਯੋਰ ਨੀਡਸ ਐਂਡ ਰਿਕੁਆਇਰਮੈਂਟਸ ਉਹ ਅਸੀਂ ਹੁਣ ਸਪੈਸ਼ਲਾਈਜ਼ ਸਰਵਿਸ ਦੇ ਰਹੇ ਹਾਂ ਸਾਰੇ ਆਪਣੇ ਬਾਇਰ ਸੈਲਰਸ ਤੇ ਕਲਾਇੰਟਸ ਨੂੰ ਐਂਡ ਯੂ ਕੈਨ ਸੀ ਕਿ ਬਾਹਰੋਂ ਵੀ ਦਿਸ ਇਜ਼ ਅ ਵੈਰੀ 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 ਕਸਟਮ ਹੋਮ ਯੂ ਕੈਨ ਸੀ ਕਿ ਬਾਹਰ ਤੋਂ ਵੀ ਯੂ ਹੈਵ ਲਾਈਟਿੰਗ ਆਲ ਅਰਾਊਂਡ ਬਿਊਟੀਫੁਲ ਸਟੱਕੋ ਪੱਥਰ ਯੂ ਹੈਵ ਸਟੋਨਸ ਯੂ ਹੈਵ ਨਾਈਸ ਪੇਵਰਸ ਡਰਾਈਵਵੇ ਦਿਸ ਇਜ਼ ਵਨ ਆਫ ਦ ਮੋਸਟ ਯੂਨੀਕ ਹਾਊਸਿਸ ਇਨ ਦਿਸ ਕਮਿਊਨਿਟੀ ਐਂਡ ਦਿਸ ਇਜ਼ ਵਟ ਵੀ ਬਿਲੀਵ ਇਜ਼ ਗੋਇੰਗ ਟੂ ਬੀ ਸੈਟਿੰਗ ਅ ਨਿਊ ਰੈਕਰਡ ਇਨ ਦਿਸ ਏਰੀਆ ਅੰਦਰ ਯੈਸ ਨਿਊ ਰੈਕਰਡ ਤੋਂ ਇਲਾਵਾ ਅੰਦਰ ਜਿਹੜਾ ਕੰਮ ਕੀਤਾ ਹੋਇਆ ਨਾ ਇਸ ਦੇ ਵਿੱਚ ਬਿਲਡਰ ਨੇ ਦੈਟਸ ਆਸਮ ਬਿਕੋਜ਼ ਇਸ ਤੋਂ ਕਹਿੰਦੇ ਐਕਸਟਰਾ ਮਾਈਲ ਯੂ ਨੋ ਐਕਸਟਰਾ ਮਾਈਲ ਸਰਵਿਸ ਨਾਟ ਅ ਰੈਗੂਲਰ ਬਿਲਡਰ ਪਲਾਨ ਆਲ ਦਿਸ ਬਿਲਡਰ ਆਰ ਮੇਕਿੰਗ ਲੌਂਗ ਆਈਲੈਂਡ ਬੈਟਰ ਪਲੇਸ ਟੂ ਲਿਵ so we are working with them exclusively with the team Raj Jaggi so we can assure you this beautiful house you think we can take them inside dekhna hai andaron ha ji jithe kehte jithe assi inni gal kar hi rahe ha te ja ke assi zarur is ghar nu vi vekhna zarur chahwange je pura taiyar nahi hoya par agle week ya us to agle week pura taiyar hoyega tonu taiyar karke agar tusi dikhana hai apne ਬੰਦਿਆਂ ਨੂੰ ਤਾਂ ਜ਼ਰੂਰ ਦਿਖਾ ਦਿੰਦੇ ਹਾਂ ਲਿਆ ਪਰ ਮੈਂ ਦਰਸ਼ਕਾਂ ਨੂੰ ਇੱਥੇ ਇਹ ਵੀ ਦੱਸ ਦਵਾਂ ਕਿ ਤੁਸੀਂ ਇਹਨਾਂ ਤੋਂ ਜਿਹੜਾ ਹੈਗਾ ਫ੍ਰੀ ਪਰਸਨ ਕੰਸਲਟੇਸ਼ਨ ਲਈ ਜਿਹੜਾ ਟੀਵੀ ਸਕਰੀਨ ਤੇ ਨੰਬਰ ਚੱਲ ਰਿਹਾ ਕਿਉਂਕਿ ਕਈਆਂ ਨੂੰ ਹੁੰਦਾ ਕਿ ਅਸੀਂ ਆਪਣੇ ਆਪ ਦਾ ਘਰ ਬਣਾਈਏ ਸਾਡੀ ਕਿਚਨ ਇੱਥੇ ਹੋਣੀ ਚਾਹੀਦੀ ਹੈ ਸਾਡੇ ਰੂਮਸ ਇੱਥੇ ਹੋਣੇ ਚਾਹੀਦੇ ਆ ਇੰਨੇ ਵੱਡੇ ਰੂਮਸ ਹੋਣੇ ਚਾਹੀਦੇ ਆ ਸੋ ਉਹ ਸਾਰੀ ਗੱਲ ਧਿਆਨ ਦੇ ਵਿੱਚ ਰੱਖਦੇ ਹੋਏ ਟੀਮ ਰਾਜ ਜੱਗੀ ਵਚਨਬੰਦ ਹੋ ਰਹੀ ਹੈ ਇਹ ਲੌਂਗ ਆਈਲੈਂਡ ਕਿ ਉਹ ਤੁਹਾਨੂੰ ਤੁਹਾਡਾ ਕਸਟਮਾਈਜ਼ ਘਰ ਦਿਖਾਈਏ ਆਓ ਤੁਹਾਨੂੰ ਲੈ ਕੇ ਚੱਲਦੇ ਆ ਇਸ ਘਰ ਦੇ ਅੰਦਰ ਔਰ ਵੇਖਦੇ ਆ ਇਸ ਘਰ ਦੀ ਕੀ ਹੈ ਖਾਸੀਅਤ ਔਰ ਕਿਵੇਂ ਲਗਜ਼ਰੀ ਕਸਟਮਾਈਜ਼ ਪ੍ਰਾਪਰਟੀਜ਼ ਹੁਣ ਰਾਜ ਜੱਗੀ ਅਵੇਲੇਬਲ ਕਰਾ ਰਹੀ ਹੈ ਤੁਹਾਨੂੰ ਲੌਂਗ ਆਈਲੈਂਡ ਵਿਖੇ ਔਰ ਟੀਵੀ ਸਕਰੀਨ ਤੇ ਨੰਬਰ ਚੱਲ ਰਿਹਾ ਉਸ ਨੰਬਰ ਤੇ ਕਾਲ ਕਰ ਲਓ 516-548-3020 ਇਸ ਨੰਬਰ ਤੇ ਕਾਲ ਕਰਕੇ ਰਾਹੁਲ ਜੱਗੀ ਅਤੇ ਰਾਜ ਜੱਗੀ ਹੋਰ ਨਾਲ ਤੁਸੀਂ ਰਾਬਤਾ ਕਰ ਸਕਦੇ ਹੋ ਔਰ ਉਹਨਾਂ ਨੂੰ ਤੁਸੀਂ ਦੱਸ ਸਕਦੇ ਹੋ ਕਿ ਸਾਡਾ ਘਰ ਜਿਹੜਾ ਕੁਈਨਸ ਦੇ ਵਿੱਚ ਹੈ ਉਹ ਤੁਹਾਡਾ ਘਰ ਉੱਥੇ ਕੁਈਨਸ ਚ ਬਾਏ ਕਰ ਲੈਣਗੇ ਔਰ ਤੁਹਾਨੂੰ ਲੌਂਗ ਆਈਲੈਂਡ ਤੇ ਦਿਲਵਾ ਦੇਣਗੇ ਨਵਾਂ ਬਣਵਾ ਦੇਣਗੇ ਜਿੱਦਾਂ ਮੈਨੂੰ ਬੰਦੇ ਕਹਿੰਦੇ ਤੁਸੀਂ ਬੜੇ ਵਧੀਆ ਵਧੀਆ ਘਰ ਦਿਖਾਉਂਦੇ ਹੋ ਮੈਨੂੰ ਫੋਨ ਆਉਂਦੇ ਆ ਸਪੈਸ਼ਲੀ ਸਾਡੀਆਂ ਭੈਣਾਂ ਦੇ ਫੋਨ ਆਉਂਦੇ ਨੇ ਬੜੇ ਜੀ ਤੁਸੀਂ ਤਾਂ ਬੜੇ ਵਧੀਆ ਵਧੀਆ ਘਰ ਦਿਖਾਉਂਦੇ ਹੋ ਤਾਂ ਬਾਈ ਤੁਹਾਡਾ ਵੀ ਹੋ ਸਕਦਾ ਹੈ ਦਾ ਗੁੱਡ ਪਾਰਟ ਹੈ ਸੀ ਕਿ ਲੌਂਗ ਆਈਲੈਂਡ ਮਾਰਕੀਟ ਹਜੇ ਵੀ ਅਫੋਰਡੇਬਲ ਹੈਗੀ ਹੈ
ਜਿੱਦਾਂ ਕੁਈਨ ਦੇ ਵੀ ਤੁਹਾਡਾ ਘਰ ਅਗਰ ਅਸੀਂ ਕੋਈ ਮਿਲੀਅਨ ਜਾਂ 1.2 ਮਿਲੀਅਨ ਦਾ ਵੇਚਾਂਗੇ ਤੇ ਉੱਥੇ ਮੈਂਸ਼ਨ ਲੈ ਕੇ ਆਉਂਗੇ ਤੁਹਾਨੂੰ ਅਗਲੇ ਕੁਛ ਐਪੀਸੋਡਾਂ ਦੇ ਵਿੱਚ ਅਸੀਂ ਤੁਹਾਨੂੰ ਲਾਈਫ ਸਟਾਈਲ ਚੇਂਜ ਲਾਈਫ ਸਟਾਈਲ ਵੀ ਦਿਖਾ ਰਹੇ ਹਾਂ ਕਿ ਜਿਹਨਾਂ ਦੇ ਘਰ ਅਸੀਂ ਰਿਚਮੰਡ ਹਿੱਲ ਫਲੋਰਲ ਪਾਰਕ ਔਰ ਆਪਣਾ ਕੁਈਨਸ ਦੇ ਵਿੱਚ ਵੇਚੇ ਨੇ ਤੇ ਉਹਨਾਂ ਨੂੰ ਕਿੱਡੇ ਕਿੱਡੇ ਵੱਡੇ ਘਰ ਲੈ ਕੇ ਦਿੱਤੇ ਨੇ ਤੇ ਅਸੀਂ ਤੁਹਾਨੂੰ ਅਗਲੀ ਵਾਰ ਉਹ ਦਿਖਾਵਾਂਗੇ ਆ ਜਾਓ ਜੀ ਦਿਖਾਦੇ ਹਾਂ ਲੈਟਸ ਟੇਕ ਯੂ ਇਨ ਫॉर आवर ਫਰਸਟ ਐਵਰ ਸਨੀਕ ਪ੍ਰੀਵਿਊ ਆਫ ਦਿਸ ਬਿਊਟੀਫੁਲ ਮੈਂਸ਼ਨ ਲਾਈਕ ਤੁਸੀਂ ਦੇਖ ਸਕਦੇ ਹੋ ਸਾਡਾ ਸਾਈਨ ਹੈ ਨਿਊ ਕੰਸਟਰਕਸ਼ਨ ਯੂ ਸਟਿਲ ਹੈਵ ਟਾਈਮ ਟੂ ਕਸਟਮਾਈਜ਼ ਸਾਡੇ ਕੋਲ ਹੋਰ ਵੀ ਪ੍ਰੋਜੈਕਟਸ ਆ ਰਹੇ ਨੇ ਜਿੱਥੇ ਤੁਸੀਂ ਆਪਣੀ ਮਰਜ਼ੀ ਦਾ ਘਰ ਬਣਾ ਸਕਦੇ ਹੋ ਐਂਡ ਬੈਸਟ ਥਿੰਗ ਆਫ ਆਲ ਯੋਰ ਹੋਮ ਸੋਲਡ ਗਾਰੰਟੀਡ ਵਿਲ ਬਾਏ ਇਟ ਅਸੀਂ ਇਫੈਕਟਿਵਲੀ ਸ਼ੁਰੂ ਕੀਤਾ ਕਿ ਟ੍ਰੇਡ ਇਨ ਪ੍ਰੋਗਰਾਮ ਜਿਵੇਂ ਯੂ ਕੈਨ ਟ੍ਰੇਡ ਇਨ ਯੋਰ ਫੋਨ ਯੂ ਕੈਨ ਟ੍ਰੇਡ ਇਨ ਯੋਰ ਕਾਰ ਯੂ ਕੈਨ ਟ੍ਰੇਡ ਇਨ ਯੋਰ ਲੈਪਟਾਪ ਅਸੀਂ ਬਿਲੀਵ ਕਰਦੇ ਹਾਂ ਕਿ ਵਾਈ ਨਾਟ ਟ੍ਰੇਡ ਇਨ ਯੋਰ ਹਾਊਸਿਸ ਸੋ ਅਸੀਂ ਇਹ ਵੀ ਗਾਰੰਟੀ ਦੇ ਰਹੇ ਹਾਂ ਕਿ ਜੇ ਤੁਸੀਂ ਸਾਡੀ ਲਿਸਟਿੰਗ ਬਾਏ ਕਰੋਗੇ ਵੀ ਵਿਲ ਬਾਏ ਯੋਰ ਹਾਊਸ ਐਂਡ ਲੈਟ ਯੂ ਟ੍ਰੇਡ ਇਟ ਇਨ ਸੋ ਲੈਟਸ ਟੇਕ ਯੂ ਇਨ ਟੂ ਦਿਸ ਬਿਊਟੀਫੁਲ ਮੈਂਸ਼ਨ ਆਫ ਜੇਰਿਕੋ ਲਾਈਕ ਤੁਸੀਂ ਦੇਖ ਸਕਦੇ ਹੋ ਦਿਸ ਇਜ਼ ਵਨ ਆਫ ਦ ਬਿਗੇਸਟ ਐਂਡ ਦ ਬੈਸਟ ਹੋਮਸ ਸਟਾਰਟਿੰਗ ਵਿਦ ਦਿਸ ਕਸਟਮ ਬ੍ਰਾਸ ਡੋਰ ਯੂ ਹੈਵ ਦਿਸ ਇਜ਼ ਅ ਬਿਊਟੀਫੁਲ ਹੋਮ ਯੂ ਗਾਟ ਨਾਈਸ ਚੈਂਡੀਲੀਅਰਸ ਅ ਲੋਟ ਆਫ ਨੈਚੁਰਲ ਲਾਈਟ ਯੂ ਹੈਵ ਦ ਹਾਊਸ ਇਜ਼ ਸੈਟ ਇਨ ਟੂ ਟੂ ਡਿਫਰੈਂਟ ਸੈਕਸ਼ਨਸ ਔਨ ਲੈਫਟ ਹੈਂਡ ਸਾਈਡ ਤੁਸੀਂ ਦੇਖ ਸਕਦੇ ਹੋ ਹਜੇ ਵੀ ਕੰਮ ਚੱਲ ਰਿਹਾ ਹੈ ਬਟ ਯੂ ਹੈਵ ਅ ਬਿਊਟੀਫੁਲ ਫਾਰਮਲ ਡਾਈਨਿੰਗ ਸਪੇਸ ਐਂਡ ਟੂ ਦ ਰਾਈਟ ਯੂ ਹੈਵ ਅ ਰੀਲੀ ਬਿਗ ਲਿਵਿੰਗ ਰੂਮ beautiful porcelain floors white a lot of natural light as you can see this is a very 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 nice home like the first floor te tode kol itthe parents waste bedroom hai ga naal full bathroom hai ga and a lot of people are staying with their joint family kende bhi mamma papa waste first floor te room chahida hai with full bath ਉਹ ਵੀ ਹੈਗਾ ਇੱਥੇ ਫੈਮਿਲੀ ਰੂਮ ਹੈਗਾ ਐਵਰੀਥਿੰਗ ਵਟ ਐਵਰ ਯੂ ਨੀਡ ਯੋਰ ਡ੍ਰੀਮ ਹਾਊਸ ਇਮੈਕੁਲੇਟ ਹਾਊਸ ਹੈਗਾ ਜੇ ਤੁਸੀਂ ਘਰ ਬਾਏ ਕਰਨਾ ਤਾਂ ਦਿਸ ਇਜ਼ ਵਨ ਆਫ ਦ ਬੈਸਟ ਹਾਊਸ ਯੂ ਕੈਨ ਸ਼ੋ ਦੇਮ ਆਲ ਇੱਥੇ ਤੇ ਵੀ ਹੈਵ ਅ ਮਾਸਟਰ ਫॉर ਪੇਰੈਂਟਸ ਐਸ ਵੈਲ ਵੀ ਹੈਵ ਅ ਜੈਕ ਐਂਡ ਜਿਲ ਬਾਥਰੂਮ ਯੂ ਕੈਨ ਸੀ ਅ ਵੈਰੀ ਗੁੱਡ ਸਾਈਜ਼ ਰੂਮਸ ਹਰ ਇੱਕ ਕਮਰੇ ਦੀ ਜਿਹੜੀ ਛੱਤ ਹੈ ਇਸ ਘਰ ਦੇ ਵਿੱਚ ਇਟਸ ਵੈਰੀ ਡਿਫਰੈਂਟ ਦੈਨ ਐਨੀ ਅਦਰ ਹਾਊਸ ਸੋ ਐਵਰੀ ਰੂਮ ਹੈਸ ਕਸਟਮ ਐਲਈਡੀ ਲਾਈਟਿੰਗ ਯੂ ਹੈਵ ਅ ਫੁੱਲ ਬਾਥਰੂਮ with floor to ceiling tile you have beautiful vanity custom and then leading to best part of it all you have a huge I mean huge family room so in this family room you can see you got in this family room you can see a beautiful coffered ceilings you have nice electric fireplace with stonework leading from floor all the way to the ceiling this is what's so unique about this build that there is no other house like this no one else is doing ceilings like that no one is spending the money the time that it takes to build a custom home like this this is what we're offering at team raj jaggi this is above and beyond you can see dekh sakte ho ye stairs pe kaam chal raha hai but even the railing jo inhone use ki thi is a custom railing with pure glass leading to one of the biggest and the most beautiful kitchens that I have seen in I think this year probably this kitchen the khali appliances are almost $35,000 to $40,000 so jede appliances we ja rahe hain they're professional chef's grade appliances you got a waterfall countertop quartz kafi apne sade viewers ne kehnde ke tusi white kitchen kar rahe ho te desi khana kive banega right so beauty is ke jede these kitchens this is a very stain resistant countertops these do not go bad they're a lot more resistant than granite and you'll get a professional grade vent over here as well and all Thermador appliances anything you want to say yard backyard dikhana hai hadi nahi backyard bhi dikhana hai pehla ta main dikhana hai bhi kai bande kehnde ne andaron nahi dikhande tonu sara andaron dikha ditta ede vich basement bhi tonu dikhande ha te upar bhi dikhande ha ਰਾਹੁਲ ਜਿਹੜੀ ਚੀਜ਼ ਕਹਿ ਰਿਹਾ ਹੈਗਾ ਕਿ ਤੁਸੀਂ ਵਾਈਟ ਬੰਦੇ ਕਹਿੰਦੇ ਨੇ ਵਾਈਟ ਕਿਚਨ ਇਹ ਰਿਵਾਜ ਹੈਗਾ ਬਟ ਅਗਰ ਤੁਸੀਂ ਬਰਾਊਨ ਬਣਾਉਣੀ ਹੈ ਤੁਸੀਂ ਡਾਰਕ ਬਰਾਊਨ ਬਣਾਉਣੀ ਹੈ ਲਾਈਟ ਬਰਾਊਨ ਬਣਾਉਣੀ ਹੈ ਤਾਂ ਵੀ ਕੈਨ ਗਿਵ ਯੂ ਦੈਟ ਚੋਇਸ ਟੂ ਦੈਟਸ ਵਾਟ ਵੀ ਡੂ ਕਸਟਮਾਈਜ਼ ਦਿਸ ਇਜ਼ ਆਲ ਕਸਟਮ ਬਿਲਡਰ ਸੋ ਯੂ ਕੈਨ ਸੀ ਦਿਸ ਲਾਈਕ ਥਰਮੋਡੋਰ ਬਿਊਟੀਫੁਲ ਥਰਮੋਡੋਰ ਆਹ ਦੇਖੋ ਜੀ ਆਹ ਫਾਇਰ ਪਲੇਸ ਕਿਆ ਟਾਪ ਦੀ ਛੱਤ ਦਿਖਾਓ ਫਿਰ ਤੁਸੀਂ ਐ ਲੱਗਦਾ ਕਿ ਤੁਸੀਂ ਆਪਣੇ ਕਿਸੇ ਬਾਦਸ਼ਾਹ ਦੇ ਮਹਿਲ ਦੇ ਵਿੱਚ ਬੈਠੇ ਆ ਗਏ ਇੱਥੇ
ਤੁਹਾਨੂੰ ਲੱਗਦਾ ਨਹੀਂ ਕਿ ਤੁਸੀਂ ਭੀੜੇ ਜਿਹੇ ਘਰ 'ਚ ਬੈਠੇ ਹੋ, ਪਾਰਕਿੰਗ ਦੀ ਪੂਰੀ ਫੈਸਿਲਿਟੀ ਹੈਗੀ ਹੈ। ਸੋ ਆਈ ਨੋ ਲੋਟ ਆਫ ਪੀਪਲ ਵਿਲ ਕਾਲ ਮੀ ਐਂਡ ਸਾਡੇ ਕੋਲ ਇਹ ਤੁਹਾਨੂੰ ਸਿਰਫ ਕਸਟਮ ਹਾਊਸ ਦਿਖਾ ਰਹੇ ਹਾਂ, ਬਟ ਸਾਡੇ ਕੋਲ ਹੋਰ ਵੀ ਘਰ ਹੈਗੇ ਨੇ ਜਿਹੜੇ ਹਜੇ ਤਿਆਰ ਹੋ ਰਹੇ ਨੇ ਤੇ ਹੋਣੇ ਨੇ। ਹਰ ਕਿਸਮ ਦਾ ਮਾਲ ਸਾਡੇ ਕੋਲ, ਕਿਸੇ ਦਾ ਬਜਟ ਮਿਲੀਅਨ ਦਾ, ਕਿਸੇ ਦਾ ਘੱਟ ਹੈ, ਕਿਸੇ ਦਾ ਵੱਧ ਹੈ, ਹਰ ਤਰ੍ਹਾਂ ਦਾ ਹੈਗਾ। ਜਿੱਦਾਂ ਰਾਹੁਲ ਨੇ ਦੱਸਿਆ ਕਿ ਵੀ ਗਰੰਟੀਡ ਇਫ ਯੂ ਡੋਂਟ ਸੈਲ ਵੀ ਬਾਏ, ਤੇ ਤੁਸੀਂ ਅਗਰ ਕੋਈ ਵੀ ਮੇਰਾ ਘਰ ਦਿਖਾਓ ਜੀ, ਪਿੱਛੋਂ ਦਿਖਾਓ ਜੀ, ਹਰਕਿਰਤ ਸਿੰਘ ਜੀ ਆਹ ਦਿਖਾਓ ਤੁਸੀਂ, ਆਹ ਦੇਖੋ ਕਿ ਆਹ ਹੈ। ਲੁੱਕ ਐਟ ਦ ਬਿਊਟੀ ਆਫ ਦਿਸ ਹਾਊਸ, ਯੂ ਗਾਟ ਟੂ ਬਾਲਕਨੀਜ਼, ਯੂ ਗਾਟ ਟੂ ਬਾਲਕਨੀਜ਼, ਵਨ ਫਰਮ ਦ ਜੂਨੀਅਰ ਸਵੀਟ, ਵਨ ਫਰਮ ਦ ਕਿਡਸ। ਇੰਡੀਆ ਦੀ ਯਾਦ ਆਉਂਦੀ ਹੈ ਜੀ। ਲੁੱਕ ਐਟ ਦ ਬਿਊਟੀਫੁਲ ਯਾਰਡ, ਦ ਅਮਾਊਂਟ ਆਫ ਸਪੇਸ ਜਿਹੜੀ ਇਸ ਘਰ ਦੇ ਵਿੱਚ ਹੈਗੀ ਹੈ। ਵੈਨ ਇਟ ਕਮਸ ਟੂ ਯੂਰ ਯਾਰਡ, ਯੂਰ ਬਿਊਟੀਫੁਲ ਵਾਈਟ ਫੈਂਸ, ਪ੍ਰੋਫੈਸ਼ਨਲ ਗ੍ਰੇਡ ਸਾਡ, there is absolutely nothing that we spare when we build these homes. Pack karo, kal raj start packing. Aao ji hun tuhanu upar dikhaiye is ghar de vich, and you can see the beautiful stairs, they have it all hardwood floor. So pehla to upar dikhao ida view dikhao, phir apa master bedroom dikhaange. You can see jadon tusi itthe khadde hage ho, so this little walkway baneya gaya hai. So you can see bande niche baithe ne. I love this location, I love this view, ki very rare hunda ina cheezan de vich, nave ghar banande ne log. I'll show you pehle tonu bachya de room dikhaiye. To tusi eh dekho, hai bachya da room hai. To bachye de room de vich dekho kitna vadhiya molding work hoya paya ede vich. The good part is balcony rakhi hoyi hai, te tusi jidda logan de master bedroom inne vadde nahi hunde jinna vadda inna ne ਬੱਚਿਆਂ ਦਾ ਰੂਮ ਬਣਾਇਆ ਹੈਗਾ। ਸੋ ਦੋ ਬੱਚਿਆਂ ਦਾ ਰੂਮ ਹੈਗਾ, ਤੁਸੀਂ ਆ ਜਾਓ ਇੱਥੇ। ਜੈਕਟ ਜਿਹੜੇ ਇਹਨਾਂ ਨੇ ਆ ਬਣਾਇਆ ਹੈਗਾ, ਦੇਖੋ ਜੀ ਆਹ ਬਾਥਰੂਮ ਦੇਖੋ ਤੁਸੀਂ, ਕਿਆ ਬਿਊਟੀਫੁਲ। ਇਹਦੇ ਜਿਹੜੇ ਜੋ ਵੀ ਇਹਦੇ ਸਮਾਨ ਲੱਗਿਆ, ਟੋਪ ਆਫ ਦਾ ਲਾਈਨ ਹੈਗਾ। ਸ਼ਾਵਰ ਲੱਗਿਆ ਹੈਗਾ, ਤੁਸੀਂ ਉੱਪਰ ਦਿਖਾਓ ਜੀ, ਲਾਈਟਾਂ ਦਿਖਾਓ ਜੀ, ਕਿਆ ਉਹਨਾਂ ਨੇ ਵਰਕਮੈਨਸ਼ਿਪ ਦਾ ਕਮਾਲ ਹੈ। ਇਹ ਅਗਰ ਬੱਚਿਆਂ ਦਾ ਬੈਡਰੂਮ ਹੈਗਾ, ਸੋ ਇਹਨਾਂ ਦਾ ਜੈਕਟ ਜਿਲ ਜਿਹੜਾ ਹੈਗਾ ਬਾਥਰੂਮ ਹੈਗਾ। ਸੋ ਇਹ ਦੋ ਬੈਡਰੂਮ, ਯੂ ਕੈਨ ਸੀ ਉੱਪਰ ਐਵਰੀ ਰੂਮ ਹੈਵ ਅ ਡਿਫਰੈਂਟ ਮੋਲਡਿੰਗ ਵਰਕ। ਠੀਕ ਹੈ, ਬਾਹਰ ਦਿਖਾ ਦਿਓ ਜੀ। ਆਹ ਜਿਹੜੀ ਚੀਜ਼ ਹੈ, ਆਪਣੇ ਬੰਦੇ ਮੇਰੇ ਸਾਡੇ ਪੰਜਾਬੀ ਭਰਾ ਕਈ ਵਾਰ ਆਉਂਦੇ ਸੀ, ਉਹ ਕਹਿੰਦੇ ਸੀ ਵੀ ਸਾਨੂੰ ਨਾ ਬਾਲਕਨੀ ਚਾਹੀਦੀ ਹੈ। ਤੋ ਇਟਸ ਵੈਸੇ ਇੱਥੇ ਬਹੁਤ ਮੁਸ਼ਕਲ ਪਰਮਿਟ ਮਿਲਦਾ ਹੈ, ਤਾਂ ਅਸੀਂ ਆਪਣੇ ਬਿਲਡਰਾਂ ਨੂੰ ਕਿਹਾ, ਮੈਂ ਕਿਹਾ ਨਹੀਂ ਯਾਰ ਬਾਲਕਨੀ ਲਿਆ ਕੇ ਦਿਓ, ਬੰਦੇ ਮਿਸ ਕਰਦੇ ਨੇ। ਤੋ ਅਸੀਂ ਜੋ ਵੀ ਬੈਸਟ ਥਿੰਗ ਹੈ ਜੋ ਤੁਹਾਡੇ ਵਾਸਤੇ ਚਾਹੀਦਾ, ਦੈਟਸ ਵਾਟ ਵੀ ਆਲਵੇਜ਼ ਸੈਡ, ਵੀ ਬਿਲਡ ਕਸਟਮ ਹਾਊਸਿਸ। ਸੋ ਇਫ ਯੂ ਵਾਂਟ ਟੂ ਬਿਲਡ ਯੋਰ ਹਾਊਸ, ਵੀ ਕੈਨ ਬਿਲਡ ਫੋਰ ਯੂ, ਔਰ ਇਫ ਯੂ ਵਾਂਟ ਟੂ ਸੈਲ, ਵੀ ਕੈਨ ਸੈਲ, ਇਫ ਯੂ ਵਾਂਟ ਟੂ ਬਾਏ, ਵੀ ਵਿਲ ਬਾਏ। ਐਂਡ ਗੁੱਡ ਪਾਰਟ ਜਿਹੜੀ ਸਾਡੀ ਹੈਗੀ, ਅਸੀਂ ਇੱਕ ਸਾਲ ਦੀ ਗਰੰਟੀ ਦਿੰਦੇ ਹਾਂ। ਦੇਖੋ ਜੀ, ਆਹ ਦਿਖਾਓ, ਸ਼ੈਂਡਲੀਅਰ ਦਿਖਾਓ ਜੀ, ਕਿਆ ਇੱਕ ਇੱਕ ਚੀਜ਼ ਦੇ ਉੱਤੇ ਉਹਨਾਂ ਨੇ ਪੈਸਾ ਲਗਾਇਆ ਹੋਇਆ, ਇੱਕ ਇੱਕ ਚੀਜ਼ ਹੱਥ। ਤੁਸੀਂ ਦੇਖੋ ਉਹਦੀ ਮੋਲਡਿੰਗ ਵਰਕ, ਕਿੰਨਾ ਬਿਊਟੀਫੁਲ ਮੋਲਡਿੰਗ ਵਰਕ ਹੈਗਾ ਦੋਨੇ ਪਾਸੇ। ਕੋਈ ਵੀ ਬਿਲਡਰ ਇੰਨਾ ਡਿਟੇਲ ਕੰਮ ਨਹੀਂ ਕਰਦਾ। ਇਹ ਦਿਖਾਓ ਜੀ, ਇੱਧਰ ਦਿਖਾਓ ਜੀ, ਮੋਲਡਿੰਗ ਵਰਕ ਦੇਖੋ, ਕਿੱਡਾ ਨੀਟ ਐਂਡ ਕਲੀਨ ਮੋਲਡਿੰਗ ਵਰਕ ਹੋਇਆ ਹੋਇਆ। ਸੋ ਇੱਥੋਂ ਵੀ ਤੁਸੀਂ ਜਦੋਂ ਬੰਦਾ ਆਉਂਦਾ ਹੈ, ਤੁਸੀਂ ਘਰ ਦੇ ਵਿੱਚ ਤੁਹਾਡੇ ਇੱਥੇ ਉੱਪਰ ਹੀ ਦਾ ਗੁੱਡ ਪਾਰਟ ਹੈ, ਅਸੀਂ ਯੂਜਲੀ ਲਾਂਡਰੀ ਬੇਸਮੈਂਟ 'ਚ ਹੁੰਦੀ ਹੈ, ਅਤੇ ਅਸੀਂ ਲਾਂਡਰੀ ਉੱਪਰ ਰੱਖੀ ਹੈਗੀ ਹੈ। ਯੂ ਕੈਨ ਸੀ ਬਿਊਟੀਫੁਲ ਲਾਂਡਰੀ ਹੇਅਰ ਔਨ ਅਪਸਟੇਅਰ। ਆਲਰਾਈਟ, ਸੋ ਇਹ ਤੁਹਾਡਾ ਹੈਗਾ ਮਾਸਟਰ ਸਵੀਟ। ਮਾਸਟਰ ਸਵੀਟ ਦੇਖੋ ਕਿੱਡਾ ਵੱਡਾ ਹੈਗਾ, ਤੁਸੀਂ ਬੈੱਡ ਵੀ ਲਗਾ ਕੇ ਨਾਲ ਸਾਰ ਕੁਰਸੀਆਂ ਵੀ ਲਗਾ ਸਕਦੇ। ਦੇਖੋ ਕਿਆ ਬਿਊਟੀਫੁਲ ਮੋਲਡਿੰਗ ਹੈਗਾ, ਕਿੰਨਾ ਵਧੀਆ ਕੰਮ ਹੈ, ਆਲ ਹਾਈ ਐਂਡ ਅਪਲਾਈਸਿਸ। ਇਹਦੇ ਨਾਲ ਵੀ ਸਾਡੀ ਬਾਲਕਨੀ ਹੈਗੀ ਹੈ। ਸੋ ਇਸ ਘਰ ਦੇ ਵਿੱਚ ਚਾਰ ਬਾਲਕਨੀਆਂ ਨੇ। ਅੱਛਾ, ਇਹਦੇ ਵਿੱਚ ਜਿਹੜੀ ਹੋਰ ਚੀਜ਼ ਬੜੀ ਵਧੀਆ ਰੱਖੀ ਹੈ, ਬੰਦੇ ਕਹਿੰਦੇ ਸਾਡੀ ਜਨਾਨੀ ਨੂੰ ਕਲੋਜ਼ਟ ਮਿਲ ਜਾਂਦੀ ਹੈ, ਸਾਨੂੰ ਕਲੋਜ਼ਟ ਨਹੀਂ ਮਿਲਦੀ। ਤੋ ਇਸ ਘਰ ਦੇ ਵਿੱਚ ਉਸ ਚੀਜ਼ ਦਾ ਵੀ ਧਿਆਨ ਰੱਖਿਆ ਗਿਆ ਕਿ ਦੋਨਾਂ ਵਾਸਤੇ ਇੱਕ ਇੱਕ ਕਲੋਜ਼ਟ ਹੈ। ਇੱਕ ਹਿਜ਼ ਕਲੋਜ਼ਟ, ਯੂ ਕੈਨ ਸ਼ੋ ਦਿਸ ਬਿਊਟੀਫੁਲ ਬਿਗ ਕਲੋਜ਼ਟ, ਵਾਕਿੰਗ ਕਲੋਜ਼ਟ ਲੇਡੀਜ਼ ਵਾਸਤੇ, ਐਂਡ ਇਹ ਬੰਦਿਆਂ ਵਾਸਤੇ। ਆਹ ਦੇਖੋ, ਇਹ ਵੱਡੀ ਹੈ। ਬਟ ਗੁੱਡ ਪਾਰਟ ਮੈਂ ਤੁਹਾਨੂੰ ਦੱਸਾਂ, ਇਹਦੇ ਵਿੱਚ ਕੀ ਹੁੰਦਾ, ਸਾਰੇ ਕੱਪੜੇ ਲੇਡੀਜ਼ ਹੀ ਆ ਜਾਂਦੇ ਨੇ। ਮੇਰੇ ਘਰ ਵੀ ਦੋ ਕਲੋਜ਼ਟ ਹੈ, ਮੇਰੀ ਵੋਟੀ ਦੇ ਕੱਪੜੇ ਪਏ ਨੇ ਉੱਥੇ ਸਾਰੇ, ਤੇ ਸਾਡੀ ਕਲੋਜ਼ਟ ਸਾਈਡ ਤੇ ਬਣੀ ਹੁੰਦੀ ਹੈ। ਸੋ ਆ ਜਾਓ, ਤੁਹਾਨੂੰ ਮਾਸਟਰ ਸਵੀਟ ਦਿਖਾਉਣਾ, ਬਾਥਰੂਮ ਦਿਖਾਉਣਾ ਮਾਸਟਰ। ਯੂ ਕੈਨ ਸੀ ਹਾਓ ਬਿਊਟੀਫੁਲ, ਹਾਓ ਬੇਬੀਜ਼। ਸੋ ਹਜੇ ਕੰਮ ਚੱਲ ਰਿਹਾ ਹੈਗਾ, ਇੱਥੇ ਟੱਬ ਆਉਣਾ ਹੈਗਾ, ਸਟੈਂਡਿੰਗ ਸ਼ਾਵਰ ਹੈਗਾ। ਯੂ ਕੈਨ ਸੀ
टाइल वर्क जेड़ा है टॉप ऑफ द लाइन है इधर भी देखो कितने भी उन्होंने कंप्रोमाइज नहीं किया है सो एज आर आम टेलिंग यू कि जिदा असी दीप राज जगी तुम हर बारी नवे नवे घर दिखाते हैं तो तुम अपना मान लो थानू लगता है कि तुम कोई होर डिफरेंट कलर की टाइल लानी है डिफरेंट कलर के बाथरूम बनाने ने किचन बनाने ने सारे का एको ही थान के उड़े को अरेजमेंट है सो एज आम टेलिंग यू दिस इज अ टाइम टू बाय कॉल राज स्टार्ट पैकिंग जरा नंबर जरा जा रहा 516-542-3020 ए कॉल करो तो किसी टाइम भी अपॉइंटमेंट बना लो असी थोड़ी बिल्डर नाल बैठ के आर्कीटेक्ट साढ़े को इंश्योरेंस मोड़ के एवरीथिंग एट वन प्लेस सो अगर तुसी अजे मन नहीं बनाया और थोड़ी वोटी थानू उंगली ला रही है भाई ये घर वेखो राज जगी दिखा रहा है तो कॉल करो भाजी तो मैं थोड़ा यह गरंटी करांगा कि तुसी बहुत हैप्पी होगे अगर तुसी घर दे विच पसंद थानू नहीं आया एक साल दे विच या तो फ्री विच आवे या बाय बैक फ्रॉम तो करो हाँ जी ये साडा पंजवां बेडरूम है इहनू कहिंदे ने जूनियर मास्टर सुइट जूनियर मास्टर सुइट दे विच यू कैन सी इज वेरी बिग स्पेशियस यू कैन सी ऑल ब्यूटीफुल लाइट्स गोइंग ऑन लाइक कई बच्चे शकीन होंदे ने इहनू लगदा है कि यार मेरे कमरा जगमग 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 करदा होवे ते उहदा वी ध्यान रख्या जाए जिदा असीं दस्सदे आं कि इत्थे नाल उहदा बाहर इहदे वी बणिया होया ते इह अपना उहदे नाल फुल बाथरूम है अटैच बाथरूम है वॉकिंग क्लोजेट है जूनियर मास्टर सुइट यू कैन शो दिस इज अ ब्यूटी ब्यूटीफुल हाउस गो शो इट्स अ वेरी बिग बाथरूम सो जूनियर है लोगों के सीनियर भी इन्ने वे बाथरूम नहीं होंगे इधर जूनियर के बहुत ज्यादा ध्यान दिता है एज यू नो आई मैंशन यू यू नो द डिटेल्ड वट बिल्डर डिड ऑन दिस हाउस इट्स आसम है ड्रीम हाउस कस्टमाइज लग्जरी जरा घर है दे आर गिविंग यू एंड दे आर ऑल्सो गिविंग यू एन ऑफर इफ यू आर लिविंग समवेयर इन ब्रॉन्क्स ब्रुकलिन क्वींस एनीवेयर इन न्यूयॉर्क सिटी यू कैन कॉल देम दे विल बाय योर हाउस देयर और तुम लोंग आइलैंड दे विच जेड़ा हैगा बकायदा दिता जाएगा वाई लोंग आइलैंड वाई पीपल आर माइग्रेटिंग टू लोंग आइलैंड वाई पंजाबीज आर माइग्रेटिंग टू लोंग आइलैंड लेट्स आस्क दिस क्वेश्चन टू राज जगी जी देखो पंजाबी जेड़े ने वो अपने कोई भी कम्युनिटी है सारे इकट्ठियां रहनियां चाहते हैं जिदा पहला बंदे आए सारे बंदियां नूं क्वीन डेस्टिनेशन मिलिया उन्होंने क्वीन सेटअप किया फिर थोड़ा जा होर मूव होए चलो यूनिवर्सल पार्क चले गए फिर थोड़ा जा मूव होए कोई रिचमंड हिल चला गया कोई ब्रोंक्स चला गया चला गया हूं जो गल है कि जो पेंडेमिक आए लोगों को अवेयरनैस आ गई है कि आपू वे घर चाहिए ने उथे घर की वैल्यू बढ़ गई है दैट्स अ गुड पार्ट ऑफ दैम कि जो बंद बिजनेस नहीं है घर बेच के बिजनेस ले लो घर ले लो वो चीजा चल रही हैं लोंग आइलैंड स्पैशली इदा कि अपना गुरु घर जेडे काफी आ गए ने अपनी पीपल वांट लाइक पेरेंट्स नाल रहिंदे ने बच्चे नाल रहिंदे ने बच्चों नूं अपना कल्चर मिलता है तो पंजाबी जेड़े स्पैशली होंदे ने कि कल्चर मोस्टली कल्चर बंदे होंदे ने इह चाहुंदे ने कि बच्चों नूं उही सेम माहौल बिल्कुल सो कहिण दा भाव है इत्थे राज जगी जी दा इफ यू लुकिंग फॉर अ गुड स्कूल डिस्ट्रिक्ट यू कैन फाइंड अ गुड स्कूल डिस्ट्रिक्ट वी आर हेयर इन जेरिको दिस हाउस इज अवेलेबल इन जेरिको एंड दैट्स अमेरिकाज नंबर वन स्कूल डिस्ट्रिक्ट Here in Jericho or in Long Island also. But America di gal kari taan vi New York de vich Long Island de vich jab tusi shift hon di sochde ho ta Jericho jehda school district hai ga Long Island da number one school district hai ga ethe di jehdi hor vi services han paave oh fire department hoye ethe di jehdi hor vi counties hon vak vak inna da kam ne par Jericho da ek apna hi muqam hai ga Long Island de vich ਇਹ ਘਰ ਜਿਹੜਾ ਅਸੀਂ ਤੁਹਾਨੂੰ ਦਿਖਾਇਆ ਅੱਜ ਜੈਰੀਕੋ ਦੇ ਵਿੱਚ ਅਵੇਲੇਬਲ ਹੈਗਾ ਅਪੁਆਇੰਟਮੈਂਟ ਤੁਸੀਂ ਆਪਣੀ ਹਜੇ ਤੱਕ ਨਹੀਂ ਬਣਾਈ 516-548-3020 ਦੇ ਉੱਤੇ ਫ੍ਰੀ ਪਰਸਨ ਕੰਸਲਟੇਸ਼ਨ ਲਈ ਤੁਸੀਂ ਰਾਜ ਜੱਗੀ ਹੋਰਾਂ ਨੂੰ ਕਾਲ ਕਰ ਸਕਦੇ ਹੋ ਆਪਣਾ ਨੰਬਰ ਦੱਸ ਸਕਦੇ ਹੋ ਆਪਣਾ ਨਾਂ ਦੱਸ ਸਕਦੇ ਹੋ ਜੇਕਰ ਤੁਸੀਂ ਰਿਚਮੰਡ ਹਿਲ ਕੁਈਨਸ ਦੇ ਕਿਸੇ ਵੀ ਏਰੀਆ ਦੇ ਵਿੱਚ ਰਹਿ ਰਹੇ ਹੋ ਭਾਵੇਂ ਤੁਸੀਂ ਫਲੋਰਲ ਪਾਰਕ ਵੁੱਡ ਹੈਵਨ ਸਾਊਥ ਜ਼ੋਨ ਪਾਰਕ ਤੁਸੀਂ ਰਿਚਮੰਡ ਹਿਲ ਸਾਊਥ ਰਿਚਮੰਡ ਹਿਲ ਜਮਾਇਕਾ ਕਿਊ ਗਾਰਡਨਸ ਫੋਰੈਸਟ ਹਿਲ ਜਾਂ ਫਿਰ ਤੁਸੀਂ ਨਿਊ ਹਾਈਟ ਪਾਰਕ
लोंग आइलैंड तुसी रह रहे हो, तुसी अपना घर छोटा बेच के नवा लेना है तां ही असीं करते हां। लो जी, इफ यू वांट टू सेल योर हाउस हियर इन लोंग आइलैंड कॉल हिम 5165483020 टीवी स्क्रीन पे नंबर चल रहा है। ही विल बाय योर हाउस, योर होम सोल्ड गारंटेड, अदरवाइज दिस गाय विल बाय हिम। कॉल राज एंड स्टार्ट पैकिंग। मिलेंगे नेक्स्ट फ्राइडे विद टीम राज जग्गी। तो आज तक तुसी खुश रहो, अपने आप नु खुश रखो, अपने घर दे नु खुश रखो, और हां घरवाली नु भी खुश रखो। घरवाली नु भी खुश रखो। धन्यवाद, सत श्री अकाल।